मुर्दाबाद 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 क्रांति मुर्दाबाद मुर्दाबाद मुर्दाबाद। ये जिहड़ा नकासे नाला बनिया है ये समान पूरा नहीं लाया, पानी जिहड़ा भी आया थोड़ा जिहा घरां दा पानी आया वह चलण दे बजाय बैड दे विच जा रहा है। ये चिन्याई की रेशो सही नहीं है, जिवें बैड बनना चाहिए बैड सही नहीं बनया। सरपंच इत्थे आके नहीं खड़ता हैगा, ना कोई पंचायत का बंदा आउंदा, साडी मन नहीं हैगी, मैनू लग नहीं रहा कोई इत्थे मंत्री कोई जांच करूगा, पर असीं अपील करते हैं जरूर इत्थे कोई अपनी टीम भेज के इहदी जांच की जाए। ਗੱਲ ਕੰਮ ਚੱਲਦੇ ਚੱਲਦੇ ਲੋਕਾਂ ਨੇ ਪਾਣੀ ਛੱਡਤਾ ਉਹਦੇ ਵਿੱਚ ਕੱਚੇ 'ਚ ਅਤੇ ਉਹਨੂੰ ਕੰਮ ਨੂੰ ਪੂਰਾ ਕੀਤਾ ਜਾਊਗਾ ਬਾਅਦ 'ਚ, ਇਹੋ ਜਿਹੀ ਗੱਲ ਨਹੀਂ ਹੈਗੀ ਮਤਲਬ ਵੀ ਖੜ ਕੇ ਗੱਪ ਕਰਾਉਂ। ਅਸੀਂ ਜਿਹੜੀਆਂ ਤੁਹਾਨੂੰ ਵੋਟਾਂ ਪਾਈਆਂ, ਐਂਟੀ ਕਰਪਸ਼ਨ ਪਾਈਆਂ, ਰਿਸ਼ਵਤ ਦੇ ਖਿਲਾਫ਼ ਪਾਈਆਂ, ਜੇ ਸਾਨੂੰ ਜੇ ਉੱਦਾਂ ਦੇ ਕਰਪਟ ਲੋਕ ਹੁਣ ਵੀ ਦੱਬੀ ਜਾਣਗੇ ਤਾਂ ਇਹ ਬਹੁਤ ਮਾੜੀ ਗੱਲ ਹੈ। ਹਾਂਜੀ ਕੀ ਨਾਮ ਹੈ ਜੀ? ਜਸਵੰਤ ਸਿੰਘ। ਹਾਂਜੀ ਜਸਵੰਤ ਜੀ, ਜੋ ਅੱਜ ਤੁਸੀਂ ਇਹ ਪੰਚਾਇਤ ਦੇ ਖਿਲਾਫ਼ ਪ੍ਰੋਟੈਸਟ ਕਰ ਰਹੇ ਹੋ, ਕੀ ਪ੍ਰੋਟੈਸਟ ਹੈ, ਕੀ ਕਾਰਨ ਹੈਗਾ? ਇਹ ਜਿਹੜਾ ਨਕਾਸੇ ਨਾਲਾ ਬਣਿਆ ਹੈ ਇਹ ਨਿਯਮਾਂ ਦੇ ਬਿਲਕੁਲ ਧੱਜੀਆਂ ਉਡਾਈਆਂ, ਇਹਦੇ ਸਮਾਨ ਪੂਰਾ ਨਹੀਂ ਲਾਇਆ, ਪਾਣੀ ਜਿਹੜਾ ਵੀ ਆਇਆ ਥੋੜ੍ਹਾ ਜਿਹਾ ਘਰਾਂ ਦਾ ਪਾਣੀ ਆਇਆ ਉਹ ਚੱਲਣ ਦੇ ਬਜਾਏ ਬੈੱਡ ਦੇ ਵਿੱਚ ਜਾ ਰਿਹਾ, ਜਿਵੇਂ ਖੱਡਾਂ ਪਈਆਂ ਹੁੰਦੀਆਂ, ਸਮਾਨ ਸਹੀ ਨਹੀਂ ਲੱਗਿਆ ਹੈਗਾ, ਇਹ ਇਹ 'ਚ ਕਰਪਸ਼ਨ ਹੋਈ ਹੈ, ਸਹੀ ਢੰਗ ਨਾਲ ਨਹੀਂ ਬਣਿਆ ਹੈਗਾ। ਕਿਹਨੂੰ ਕੋਈ ਦੋਸ਼ੀ ਮੰਨਦੇ ਸੀ ਇਹਦੇ ਵਿੱਚ? ਇਹ 'ਚ ਠੇਕੇਦਾਰ ਤੇ ਗ੍ਰਾਮ ਪੰਚਾਇਤ ਹੈ, ਸਰਪੰਚ ਹੈ। ਉਹਨੇ ਸਰਪੰਚ ਨੂੰ ਸਰਪੰਚ ਇੱਥੇ ਲੇਡੀ ਹੈ ਹਰਦੇਵ ਕੌਰ, ਪਰ ਉਹਦਾ ਕਦੇ ਮੈਂ ਇੱਥੇ ਦੇਖਿਆ ਨਹੀਂ ਸਾਈਡ ਤੇ ਆਈ, ਉਹਦਾ ਘਰ ਵਾਲਾ ਵੀ ਸਰਵਿਸ ਕਰਦਾ, ਗੇੜਾ ਮਾਰ ਕੇ ਲੰਘ ਜਾਂਦਾ, ਇਹਨਾਂ ਦੇ ਸਾਰਿਆਂ ਦੀ ਹਿੱਸੇਦਾਰੀ ਹੈ। ਕੰਮ ਕੌਣ ਦੇਖ ਰਿਹਾ ਹੁਣ? ਕੰਮ ਸਾਨੂੰ ਤਾਂ ਇਹ ਵੀ ਨਹੀਂ ਪਤਾ ਕੰਮ ਕੌਣ ਦੇਖਦਾ, ਠੇਕੇਦਾਰ ਆਪਦਾ ਕੰਮ ਆਪੇ ਦੇਖ ਰਿਹਾ। ਮਟੀਰੀਅਲ ਕੀ ਲੱਗਦਾ, ਘਬਲੇਬਾਜ਼ੀ ਲੱਗਦੀ? ਬਹੁਤ ਵੱਡੀ ਘਬਲੇਬਾਜ਼ੀ ਹੈ, ਬਹੁਤ ਜ਼ਿਆਦਾ। ਜਾਂਚ ਦੀ ਮੰਗ ਕਰਦੇ ਵੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ, ਵੀ ਜਿੰਨੀ ਲਾਲ ਰੋੜੀ ਹੈ ਵੀ ਉਨੀ ਸਹੀ ਪਈ ਹੈ, ਜਿਹੜੀ ਬਜਰੀ ਸਮਿੰਟ ਚਰ ਲਾ ਕੇ ਪਈ ਉਹ ਸਹੀ ਪਈ ਹੈ, ਉਹਦੀ ਰੇਸ਼ੋ ਸਹੀ ਨਹੀਂ ਹੈਗੀ, ਇਹਦੀ ਚਿਨਾਈ ਦੀ ਰੇਸ਼ੋ ਸਹੀ ਨਹੀਂ ਹੈ, ਜਿਵੇਂ ਬੈੱਡ ਬਣਨਾ ਚਾਹੀਦਾ ਬੈੱਡ ਸਹੀ ਨਹੀਂ ਬਣਿਆ ਹੋਇਆ। ਅਸੀਂ ਵਿੱਤ ਮੰਤਰੀ ਨੂੰ ਵੀ ਅਪੀਲ ਕਰਦੇ ਹਾਂ ਵੀ ਅਸੀਂ ਜਿਹੜੀਆਂ ਤੁਹਾਨੂੰ ਵੋਟਾਂ ਪਾਈਆਂ, ਐਂਟੀ ਕਰਪਸ਼ਨ ਪਾਈਆਂ, ਰਿਸ਼ਵਤ ਦੇ ਖਿਲਾਫ਼ ਪਾਈਆਂ, ਵੀ ਸਾਨੂੰ ਜੇ ਉੱਦਾਂ ਦੇ ਕਰਪਟ ਲੋਕ ਹੁਣ ਵੀ ਦੱਬੀ ਜਾਣਗੇ ਤਾਂ ਇਹ ਬਹੁਤ ਮਾੜੀ ਗੱਲ ਹੈ, ਸਾਡੀਆਂ ਵੋਟਾਂ ਪਾਈਆਂ ਖੇ ਗਈਆਂ। ਉਹਨਾਂ ਦੇ ਧਿਆਨ 'ਚ ਲਿਆਉਂਦਾ ਇਹ ਮਾਮਲਾ? ਧਿਆਨ 'ਚ ਹੁਣ ਅਸੀਂ ਤੁਹਾਡੇ ਰਾਹੀਂ ਉਹਨਾਂ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ। ਹਾਂਜੀ ਕੀ ਨਾਮ ਹੈ ਜੀ? ਮੇਰਾ ਨਾਮ ਮੇਜਰ ਸਿੰਘ ਫੌਜੀ ਆ ਜੀ। ਹਾਂਜੀ ਮੇਜਰ ਜੀ, ਕਿਸ ਕੀ ਕਹਿਣਾ ਚਾਹੁੰਦੇ ਤੁਸੀਂ ਜੋ ਇਹ ਵਿਕਾਸ ਕਾਰਜ ਚੱਲ ਰਿਹਾ, ਕੰਮ ਚੱਲ ਰਿਹਾ? ਜਿਹੜਾ ਕੰਮ ਇਹ ਚੱਲ ਰਿਹਾ ਜੀ, ਇਹ ਬਿਲਕੁਲ ਹੀ ਮਤਲਬ ਕਿ ਇਹਦੇ ਵਿੱਚ ਸਿਮਿੰਟ ਤਾਂ ਪਾਈ ਨਹੀਂ ਗਿਆ ਹੈ, ਬਿਲਕੁਲ ਜੀ ਸਿਮਿੰਟ ਨਹੀਂ ਪਾਇਆ ਗਿਆ ਇਹਦੇ ਵਿੱਚ। ਜੇ ਅਸੀਂ ਕਹਿੰਦੇ ਹਾਂ ਵੀ ਇਹ 'ਚ ਸਿਮਿੰਟ ਪਾ ਲਿਆ ਥੋੜ੍ਹਾ ਬਹੁਤਾ ਹੋਰ, ਤਾਂ ਸਾਨੂੰ ਕਹਿੰਦਾ ਵੀ ਸਰਪੰਚ ਨੇ ਇੱਦੀ ਦੱਸਿਆ ਕੰਮ, ਸਰਪੰਚ ਇੱਥੇ ਆ ਕੇ ਨਹੀਂ ਖੜਦਾ ਹੈਗਾ, ਨਾ ਕੋਈ ਪੰਚਾਇਤ ਦਾ ਬੰਦਾ ਆਉਂਦਾ, ਸਾਡੀ ਮੰਨਦੇ ਨਹੀਂ ਹੈਗੇ। ਪਿੰਡ ਵਾਸੀ ਹੁਣ ਕੀ ਮੰਗ ਕਰਦੇ ਨੇ? ਪਿੰਡ ਵਾਸੀ ਇਹੀ ਕਹਿੰਦੇ ਜੀ, ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਸਾਨੂੰ ਸਿਰਫ ਇਹਦਾ ਇਨਸਾਫ ਮਿਲਣਾ ਚਾਹੀਦਾ ਹੈ, ਇਹ ਚੀਜ਼ ਦਾ ਇਹਦੀ ਬਿਲਕੁਲ ਹੀ ਮਤਲਬ ਕਿ ਨਿਰਪੱਖਤਾ ਨਾਲ ਇਹਦੀ ਜਾਂਚ ਹੋਣੀ ਚਾਹੀਦੀ ਹੈ। ਕੋਈ ਲੀਡਰ, ਕੋਈ ਅਧਿਕਾਰੀ ਕੋਈ ਪਹੁੰਚਿਆ ਇੱਥੇ? ਸਾਡੀ ਤਾਂ ਕਿਸੇ ਨੇ ਨਹੀਂ ਸੁਣੀ ਜੀ, ਸਿਰਫ ਤੁਹਾਡੇ ਚੈਨਲ ਰਾਹੀਂ ਸਾਡੀ ਸੁਣਨਗੇ। ਕੀ ਕਹਿਣਾ ਚਾਹੁੰਦੇ? ਜਿਹੜੀ ਆ ਪੁਲੀ ਹੈ, ਅਸੀਂ ਦੇਖ ਰਹੇ ਜਿਵੇਂ ਪੁਲੀ ਤੋਂ ਪੱਟੀ ਹੈ, ਕਿਸ ਤਰ੍ਹਾਂ ਕਿੱਥੋਂ ਪੱਟੀ ਹੈ, ਪੁਲੀ ਕਿੱਥੇ ਧਰੀ ਜਾ ਰਹੀ ਸੀ? ਇਹ ਜਿਹੜੀ ਪੁਲੀ ਪੱਟਤੀ ਜੀ, ਇਹ ਸੜਕ ਸੀ, ਸੜਕ ਤੋਂ ਰੱਖੇ ਚੱਕ ਕੇ ਇੱਥੇ ਰੱਖਣਾ ਚਾਹੁੰਦੇ ਸੀ, ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਇੱਥੋਂ ਨਾ ਪੱਟੋ, ਵੀ ਇੱਥੇ ਨਵੀਂ ਪੁਲੀ ਬਣਾਈ ਜਾਵੇ, ਇੱਥੇ ਇਹਨਾਂ ਦੀ ਸੜਕ ਵੀ ਬਿਨਾਂ ਪਰਮਿਸ਼ਨ ਤੋਂ ਪੱਟੀ ਹੈ ਜੀ। ਜਿਵੇਂ ਵਿੱਤ ਮੰਤਰੀ ਸਾਹਿਬ ਦਾ ਆਪਦਾ ਹਲਕਾ ਜਿਹੜਾ ਹੈਗਾ ਦਰਬੀ ਦੇ ਨਾਲ ਲੱਗਦਾ ਪਿੰਡ ਹੈ, ਬਿਲਕੁਲ ਕੋਈ ਇੱਥੇ ਕੋਈ ਗੌਰ ਕਿਸੇ ਤਰ੍ਹਾਂ ਦੀ ਕੋਈ ਜਾਂ ਕੋਈ ਵਿਜਿਟ ਕੀਤੀ ਗਈ ਹੈ ਕਿਸੇ ਵੱਲੋਂ? ਕਿਸੇ ਵੱਲੋਂ ਇੱਥੇ ਵਿਜਿਟ ਨਹੀਂ ਕੀਤਾ ਗਿਆ ਜੀ, ਅਸੀਂ ਆਮ ਆਦਮੀ ਪਾਰਟੀ ਤੋਂ ਮੰਗ ਕਰਦੇ ਹਾਂ, ਅਸੀਂ ਨੇ ਪੂਰੀਆਂ ਵੋਟਾਂ ਪਾ ਕੇ ਉਹਨੂੰ ਜਿਤਾਇਆ, ਤਾਂ ਕਰਕੇ ਸਾਡਾ ਜਿਹੜਾ ਕੰਮ ਵਧੀਆ ਹੋ ਚੁੱਕੇ, ਪਰ ਮੈਨੂੰ ਲੱਗ ਨਹੀਂ ਰਿਹਾ ਕੋਈ ਇੱਥੇ ਮੰਤਰੀ ਕੋਈ ਜਾਂਚ ਕਰੂਗਾ, ਪਰ ਅਸੀਂ ਅਪੀਲ ਕਰਦੇ ਹਾਂ ਜ਼ਰੂਰ ਇੱਥੇ ਕੋਈ ਆਪਣੀ ਟੀਮ ਭੇਜ ਕੇ ਇਹਦੀ ਜਾਂਚ ਕੀਤੀ ਜਾਵੇ ਜੀ। ਕੀ ਲੱਗਦਾ ਕੋਈ ਕਪੜੇਬਾਜ਼ੀ ਹੈਗੀ ਇਹਦੇ ਵਿੱਚ? ਕਪੜੇਬਾਜ਼ੀ? ਹਾਂਜੀ ਸ਼ਰੇਆਮ ਦਿਖ ਰਹੀ ਹੈ ਜੀ, ਮੈਂ ਇਹਨੂੰ ਹੱਥਾਂ ਨਾਲ ਤੋੜਤਾ, ਇਹ ਟੁੱਟ ਗਈ, ਬਿਲਕੁਲ ਜੀ।
ਕੀ ਨਾਮ ਹੈ ਜੀ? ਮਨਜੀਤ ਕੌਰ। ਮਨਜੀਤ ਜੀ, ਕਿਵੇਂ ਦੇਖਦੇ ਹੋ ਜਿਹੜਾ ਇਹ ਨਾਲਾ ਬਣ ਰਿਹਾ ਹੈ ਤੁਹਾਡੇ ਘਰਾਂ ਦੇ ਮੂਹਰੇ, ਕੀ ਇਹ ਸਹੀ ਬਣ ਰਿਹਾ ਜਾਂ ਕੀ ਮੰਗ ਕਰਦੇ ਹੋ? ਨਹੀਂ, ਸਾਡੇ ਵੱਲੋਂ ਤਾਂ ਇਹ ਸਹੀ ਨਹੀਂ ਹੈਗਾ ਜੀ, ਜਦੋਂ ਇਹ ਤੇ ਸਮਾਨ ਹੀ ਨਹੀਂ ਪੂਰਾ ਲੱਗਿਆ ਜੀ। ਵੀ ਅਸੀਂ ਜੇ ਕਹੇ ਨਹੀਂ ਤਾਂ ਦੇਖ ਅੱਗੋਂ ਸਰਪੰਚ ਕੋਲੇ ਭੱਜ ਲੈਂਦੇ ਨੇ, ਤਾਂ ਅਸੀਂ ਕਿਹਾ ਵੀ ਹੈ ਪਹਿਲਾਂ ਕਈ ਵਾਰ ਜੀ, ਜਗਮੇਰ ਸਿੰਘ ਜੀ ਕੰਮ ਚੱਲ ਰਿਹਾ ਹਾਲੇ, ਹਾਲੇ ਕੰਮ ਚੱਲਦੇ ਚੱਲਦੇ ਲੋਕਾਂ ਨੇ ਪਾਣੀ ਛੱਡਤਾ ਉਹਦੇ ਵਿੱਚ ਕੱਚੇ ਚ, ਤੇ ਉਹਨੂੰ ਕੰਮ ਨੂੰ ਪੂਰਾ ਕੀਤਾ ਜਾਊਗਾ ਬਾਅਦ ਚ। ਇਹੋ ਜਿਹੀ ਗੱਲ ਨੀ ਹੈਗੀ, ਮੈਂ ਲਵੇ ਖੜ ਕੇ ਗੱਪ ਕਰਾਊਂਗਾ, ਜੇ ਕੋਈ ਇਹੋ ਜਿਹੀ ਗੱਲ ਹੈ ਕਿਤੇ ਕਮੀ ਲੱਗਦੀ ਹੈ ਮੈਂ ਆਪੇ ਕਰਾਊਂਗਾ ਜੀ ਉਹਨੂੰ। ਸਮਾਨ ਤਾਂ ਕੋਈ ਘਟੀਆ ਨੀ ਵਰਤਿਆ, ਸਮਾਨ ਵਧੀਆ ਜੀ, ਇਹੋ ਜਿਹਾ ਮਰਜ਼ੀ ਚੈੱਕ ਕਰ ਲੈਣਾ। 5-1 ਦਾ ਮਸਾਲਾ ਲਾ ਰਿਹਾ ਬੰਦਾ, ਮੈਂ 6-1 ਦਾ ਕਹਿ ਦੇਊਗਾ ਤਾਂ ਮੈਂ 5-1 ਦਾ ਲਾਊਂਗਾ, ਮੈਂ ਲਾ ਦੇ। ਬਿਲਕੁਲ ਸਹੀ ਹੋ ਰਿਹਾ ਜੀ।